ਅੱਜ ਦਾ ਵਲੌਗ ਕਰਨੇ ਆ ਜੀ ਸ਼ੁਰੂ ਜਨਾਬ। ਅੱਜ ਦੂਸਰਾ ਦਿਨ ਤੇ ਅੱਜ ਜਨਾਬ ਤੁਹਾਨੂੰ ਬਹਾਨਾ ਹੈ PPR ਦੀ ਜਿਹੜੀ ਕਿੰਝ ਮਾਰਨੀ ਹੈ ਤੇ ਦੂਸਰੇ ਨੰਬਰ ਤੇ ਆਪ ਕੋ PPR ਅਸੀਂ ਕਿੰਝ ਪਾਉਣਾ, ਠੀਕ ਹੈ ਉਹ ਤੁਹਾਨੂੰ ਬਹਾਨੇ ਆ ਤੁਹਾਨੂੰ ਬਹਾਨਾ ਵਾ ਜਨਾਬ ਝੜੀ ਮਾਰ ਕੇ ਤੇ ਪਾਇਪ ਦੇ ਪਾ ਦੇ ਨੇ ਉਹ ਤੁਹਾਨੂੰ ਬਹਾਨਾ ਵਾ PPR ਜਿਹੜਾ ਕੀਤਾ ਹੈ ਨਾ ਉਹ ਤੁਹਾਨੂੰ ਬਹਾਨਾ ਗਾ ਵਾ। ਇਹ ਵੇਖੋ ਜਨਾਬ ਇਹ ਸਿੰਕ ਦਾ ਪੁਆਇੰਟ ਆ ਗਿਆ ਇੱਥੇ, ਇਹ ਛੇੜ ਮਾਰ ਕੇ ਇਹ ਪਾਈਪ ਇਹ ਬੇਸਣ ਦਾ ਪੁਆਇੰਟ ਆ ਗਿਆ, ਉਹ ਸਪਲਾਈ ਹੈ ਠੀਕ ਹੈ। ਇਹ ਵਾਸ਼ਰੂਮ ਦੇ ਅੰਦਰ ਇਹ ਸਾਹਮਣੇ ਸ਼ਾਵਰ ਦਾ ਪੁਆਇੰਟ ਆ ਗਿਆ, ਇੱਥੇ ਸ਼ਾਵਰ ਲੱਗੇਗਾ, ਇਹਦਾ ਵਾਲ ਹੈ ਅਤੇ ਇਹ ਉਹਦਾ ਆ ਗਿਆ ਜਨਾਬ ਲੋਟਾ ਟੂਟੀ ਦਾ, ਇਹਦੀ ਫਿਟਿੰਗ ਹੋਈ ਹੈ PPR ਦੀ, ਤੁਹਾਨੂੰ ਸਾਰੀ ਵਿਖਾ ਰਿਹਾ ਵਾ। ਇਹ ਵੇਖੋ ਤੁਸੀਂ ਇਹ ਵੇਖੋ ਇਹ ਜਨਾਬ ਇਹ PPR ਦੀ ਨਾ ਫਿਟਿੰਗ ਕੀਤੀ ਹੈ ਠੀਕ ਹੈ। ਇੱਥੋਂ ਸਪਲਾਈ ਜਾਏਗੀ ਮੇਨ ਮੇਨ ਸਪਲਾਈ ਉੱਤੇ ਚੜਾਂਗੇ, ਹਲੇ ਤੇ ਖੁੱਡਾ ਮਾਰਨਾ, ਥੱਲੇ ਖੁੱਡਾ ਮਾਰਨਾ, ਉੱਥੋਂ ਜਨਾਬ ਪਾਇਪ ਲਿਆਵਾਂਗੇ ਠੀਕ ਹੈ। ਇਹ ਔਜ਼ਾਰ ਜ਼ੋਰ ਪਏ ਨੇ ਅਤੇ ਇਹ ਜਨਾਬ ਆਪਣਾ ਇਹ ਵੀ ਸਾਡਾ ਹੋ ਗਿਆ ਕੰਪਲੀਟ ਠੀਕ ਹੈ। ਇਹ ਵੀ ਹੋ ਗਿਆ ਸਾਡਾ ਇਹ ਵਾਸ਼ਰੂਮ ਔਰ ਕਿਚਨ ਹੋ ਗਿਆ, ਹੁਣ ਇੱਥੇ ਖੁੱਡਾ ਮਾਰਨੇ ਆ, ਇੱਥੇ ਥੱਲੇ ਪਾਈਪ ਕੱਢਣਾ ਜਿਹੜਾ ਉਦੋਂ ਟੈਂਕੀ ਦਾ ਹੋਣਾ ਨਾ ਠੀਕ ਹੈ, ਮੋਟਰ ਨਾਲ ਜੁਆਇੰਟ ਹੋਣਾ ਉਹ ਵਾਲਾ ਕਰਾਂਗੇ ਅਤੇ ਦੂਸਰੇ ਨੰਬਰ 'ਤੇ ਜਨਾਬ ਥੱਲੇ ਇੱਕ ਵਾਸ਼ਰੂਮ ਅਤੇ ਕਿਚਨ ਹੈ ਉਹਦਾ ਵੀ ਕਰਨਾ ਕੰਮ ਠੀਕ ਹੈ। ਅਤੇ ਮੈਂ ਆਖਿਆ ਜਨਾਬ ਨੂੰ ਮੈਂ ਸਾਰਾ ਨਾ ਵਿਖਾ ਦਾਂ, ਹੁਣ ਜ਼ਰਾ ਬੈਠੇ ਹਾਂ ਰੈਸਟ ਕਰਨ ਡੇ ਹਾਂ ਇਹ ਕੰਮ ਕਰਕੇ, ਅਤੇ ਉਹ ਝੜੀ ਵੀ ਜਿਹੜੀ ਮਾਰੀ ਹੈ ਗਰੈਂਡਰ ਮਾਰਿਆ ਤੁਹਾਨੂੰ ਨਹੀਂ ਵਿਖਾ ਸਕਿਆ, ਉਹਦੀ ਵਜ੍ਹਾ ਹੈ ਕਿ ਮੈਂ ਇਕੱਲਾ ਸਾਂ ਅਤੇ ਮੈਂ ਜਨਾਬ ਲੱਗਾ ਹਾਂ ਕੰਮ, ਅਤੇ ਮੈਂ ਆਖਿਆ ਚਲੋ ਫਿਟਿੰਗ ਕਰਕੇ ਨਾ ਫਟਾਫਟ ਕੰਮ ਮੁਕਾਈਏ, ਫਿਟਿੰਗ ਕਰਕੇ ਅਤੇ ਫਿਰ ਤੁਹਾਨੂੰ ਵਿਖਾਉਂਦੇ ਹਾਂ। ਅਲੱਗ ਉੱਤੇ ਵਾਲਾ ਹੀ ਸ਼ਾਮ ਮੈਂ ਮੁਕੰਮਲ ਕਰ ਛੱਡਿਆ, ਉੱਤੇ ਜਿਹੜੀ ਫਿਟਿੰਗ ਹੋਣੀ ਸੀ PPR ਦੀ ਅਤੇ PVC ਦੀ ਉਹ ਮੈਂ ਫਿਟਿੰਗ ਜਨਾਬ ਆਪਣਾ ਮੁਕੰਮਲ ਕਰ ਛੱਡੀ, ਹੁਣ ਇੱਥੇ ਮਿਸਤਰੀ ਨੇ ਆਉਣਾ, ਉਹਨੇ ਜਨਾਬ ਇਹਦੇ ਥੱਲੇ ਰੋੜੀ ਛੋੜੀ ਪਾ ਕੇ ਉਹਨੇ ਇਹਦਾ ਲੈਵਲ ਕਰਕੇ ਅਤੇ ਉੱਤੇ ਕੰਕਰੀਟ ਪਾਏਗਾ। ਮੈਨੂੰ ਉਹਨੇ ਕਿਹਾ ਸੀ ਇਹਦੇ ਉੱਤੇ ਕੰਕਰੀਟ ਨਹੀਂ ਪਾਉਣੀ, ਤੂੰ ਬਸ ਜੋੜਾਂ ਦੇ ਉੱਤੇ ਤੂੰ ਕੰਕਰੀਟ ਪਾ ਦੇ ਤਾਂ ਕਿ ਮੈਂ ਜਨਾਬ ਜਦੋਂ ਆਵਾਂਗਾ ਅਤੇ ਆ ਕੇ ਮੈਂ ਇਹਦਾ ਲੈਵਲ ਸ਼ੈਵਲ ਕਰਕੇ ਅਤੇ ਇਹਦੇ ਉੱਤੇ ਸਾਰੀ ਕੰਕਰੀਟ ਪਾ ਲਾਂਗੇ, ਕਿਉਂਕਿ ਉਹਨਾਂ ਮਸਾਲਾ ਬਣਾਇਆ ਇਸ ਕਮਰੇ ਦੇ ਵਿੱਚ ਉਹਨਾਂ ਨੇ ਕੱਚਾ ਕਰਨਾ। ਇਹ ਬਾਹਰ ਵੇਖੋ ਨਾ ਇਹ ਬਜਰੀ ਅਤੇ ਰੇਤ ਉਹਨਾਂ ਨੇ ਇਕੱਠੀ ਕੀਤੀ ਹੈ, ਇੱਥੇ ਮਸਾਲਾ ਬਣਾਉਣਗੇ, ਮਸਾਲਾ ਬਣਾ ਕੇ ਫਿਰ ਉਹ ਇੱਥੇ ਜਨਾਬ ਆਪਣਾ ਇਹਦਾ ਕੱਚਾ ਕਰਨਗੇ ਠੀਕ ਹੈ। ਅਤੇ ਇਹ ਤੁਸੀਂ ਇੱਥੋਂ ਵੇਖੋ ਉਹ ਸਾਹਮਣੇ ਵਾਸ਼ਰੂਮ ਹੈ, ਉਹਦੀ ਫਿਟਿੰਗ ਹੋ ਗਈ ਹੈ, ਕਿਚਨ ਦੀ ਹੋ ਗਈ ਹੈ, ਪਾਈਪ ਸ਼ਾਇਪ ਹੋ ਗਏ ਨੇ। ਇਹ ਜਨਾਬ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਲਾਈਕ ਸ਼ੇਅਰ ਲਾਜ਼ਮ ਕਰਿਓ, ਕਿ 3-4 ਦਿਨ ਵਲੋਗ ਨਹੀਂ ਆ ਸਕਿਆ, ਮੈਂ ਵਾਅਦਾ ਵੀ ਕੀਤਾ ਸੀ ਕਿ ਡੇਲੀ ਰੂਟੀਨ ਦੇ ਬਣਾਉਣਾ, ਕੋਈ ਮਸਲਾ ਹੀ ਆਈਂਦਾ, ਉਹ ਟਾਈਮ ਹੀ ਨਹੀਂ ਲੱਗਾ, 3 ਦਿਨ ਤਾਂ ਮੈਂ ਉੱਠਿਆ ਹੀ ਨਹੀਂ ਨਾ, ਅਤੇ ਇਸ ਵਜ੍ਹਾ ਤੋਂ ਫਿਰ ਵੀਡੀਓ ਨਹੀਂ ਬਣਾਈ। ਮੈਂ ਅਗਰ ਬਾਹਰ ਨਿਕਲਦਾ ਅਤੇ ਜਾਂ ਜਨਾਬ ਜਾਗਦਾ ਹੁੰਦਾ ਤਾਂ ਮੈਂ ਵੀਡੀਓ ਬਣਾਉਣੀ, 3 ਦਿਨ ਮੈਨੂੰ ਹੋਸ਼ ਨਹੀਂ ਹੈ, ਇਸ ਵਜ੍ਹਾ ਤੋਂ ਜਨਾਬ ਫਿਰ ਇਹ ਕੰਮ ਸ਼ੁਰੂ ਕੀਤਾ। ਅਤੇ ਮੈਂ ਕਿਹਾ ਚਲੋ ਆਪਣਾ ਡੇਲੀ ਰੂਟੀਨ ਬਹਾਈਏ ਕਿ ਕਰਨੇ ਕੀ ਆ, ਅਤੇ ਇਹ ਕੰਮ ਸ਼ੁਰੂ ਕੀਤਾ ਅਤੇ ਕੱਲ੍ਹ ਤੁਹਾਨੂੰ ਥੱਲੇ ਵਾਲਾ ਕੰਮ ਆਵਾਂਗੇ ਜਿਹੜਾ ਕੱਲ੍ਹ ਸ਼ੁਰੂ ਕਰਨਾ। ਵੀਡੀਓ ਪਸੰਦ ਆਏ ਤਾਂ ਲਾਈਕ ਸ਼ੇਅਰ ਲਾਜ਼ਮ ਕਰਿਓ, ਅਤੇ ਮਿਲਦੇ ਹਾਂ ਨਈ ਵੀਡੀਓ ਦੇ ਨਾਲ।